ਉਹਨੂੰ ਲੱਗੇ ਕਿ ਹੁਣ ਇਹਨੇ ਮੇਰੇ 'ਤੇ ਇਲਜ਼ਾਮ ਲਾਇਆ ਅਤੇ ਮੈਂ ਹੁਣ ਇਹਦਾ ਮੂੰਹ ਬੰਦ ਕਰਨ ਲਈ ਇੱਥੇ ਕੋਈ ਮਾੜੇ ਇਲਜ਼ਾਮ ਲਾ ਦੇਵਾਂ। ਇਸ ਤਰੀਕੇ ਨਾਲ ਜਿਹੜੀ ਬਚਕਾਨਾ ਹਰਕਤਾਂ ਜੀਆਂ ਕਰਦੇ ਨੇ। ISI ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਕਿ ਕੋਈ ਉਹਨਾਂ ਦਾ ਏਜੰਟ ਬਣਾ ਤਾ ਉਹਨਾਂ ਨੇ। ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਜਿਹੜੀਆਂ ਭਾਰਤ ਦੇ ਜਿਹੜੇ ਕਾਨੂੰਨ ਹੈ ਕਿ ਉਹ ਸੁੱਤਾ ਆ, ਉਹਨੂੰ ਨਹੀਂ ਪਤਾ ਕਿ ਕਿਸੇ ਇੱਦਾਂ ਦੇ ਬੰਦੇ ਨੂੰ ਤਾਕਤ ਦਿੱਤੀ ਹੋਈ ਹੈ ਜਿਹਨੂੰ ISI ਦਾ ਏਜੰਟ ਕਹਿਣ ਡੇ। ਅਸਲ 'ਚ ਕੀ ਹੈ, ਜਿਹੜੇ ਕਾਲਕਾ ਹੋਣਾ ਨੇ ਨਾ, ਇਹ BJP ਦੀ ਬੋਲੀ ਬੋਲਦੇ, BJP ਦੇ ਜਿਹੜੇ ਨਾਲ ਇਹਨਾਂ ਦੇ ਸੁਰ ਰਲਦੇ ਆ ਨਾ, ਇਸ ਕਰਕੇ ਤਾਂ BJP ਨੂੰ ਸੂਟ ਕਰਦਾ। ਹਾਂ, ਕਾਲਕੇ ਹੁਣ ਇਹਨੂੰ ਅਗਰ RSS ਦਾ ਬੰਦਾ ਕਿਹਾ ਤਾਂ ਉਹਨਾਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਆਲਰੇਡੀ ਉਹ BJP ਦੇ ਨਾਲ ਗੱਠਜੋੜ ਰੱਖਦੇ ਨੇ। ਜਿੱਦਾਂ ਗੱਲ ਚੱਲ ਰਹੀ ਹੈ ਕਿ ਪਤਨੀ ਦੇ ਲਈ BJP 'ਚ ਸੀਟ ਦੀ ਆਸ ਰੱਖ ਕੇ ਉਹ ਅੱਜ ਕੱਲ੍ਹ ਮੀਟਿੰਗਾਂ ਕਰਦੇ ਨੇ, ਅਤੇ ਜੇ ਇੱਦਾਂ ਦੀ ਗੱਲ ਹੈਗੀ ਤਾਂ ਨੰਗੇ ਚਿੱਟੇ ਹੋ ਕੇ ਕਹਿਣ। ਇਹਨਾਂ ਸਾਰੀਆਂ ਗੱਲਾਂ ਦੇ ਬਾਬਤ ਜੇ ਕੋਈ ਕਵੇ ਕਿ ਮੈਂ BJP ਜਾਂ RSS ਦੇ ਨਾਲ ਸਾਂਝ ਰੱਖਦਾ ਅਤੇ ਮੈਂ ਸਿੱਖ ਵੀ ਹਾਂ, ਫਿਰ ਉਹ ਅਧਿਕਾਰ ਨਹੀਂ ਹੈਗਾ। ਇਹਨਾਂ ਦੇ ਇਲਜ਼ਾਮ ਇੱਕ ਦੂਜੇ 'ਤੇ ਜਿਹੜੇ ਲਾਉਂਦੇ ਨੇ ਨਾ, ਬਸ ਉਹਨੂੰ ਤਰੀਕਾ ਠੀਕ ਕਰ ਲੈਣ, ਦੋਸ਼ੀ ਦੋਨੋਂ ਹੀ ਨੇ। ਅਮੂਮਨ ਸਿਆਸਤ ਇੱਕ ਪਾਸੇ ਚੱਲਦੀ ਹੈ, ਉਸ ਸਿਆਸਤ ਦੇ ਵਿੱਚ ਖਾਸ ਕਰਕੇ ਉਹ ਸਿਆਸਤਦਾਨ ਵਿਚਰਦੇ ਨੇ ਜਿਹੜੇ ਆਪਣੇ ਹਿੱਤਾਂ ਵਾਸਤੇ ਜਾਣੇ ਜਾਂਦੇ ਨੇ। ਕਈ ਵਾਰ ਸਿੱਧੇ ਐਲੀਗੇਸ਼ਨ ਲੱਗਦੇ ਨੇ, ਕਈ ਵਾਰ ਸਿੱਧੇ ਲੱਗਦੇ ਨੇ, ਪਰ ਦੂਜੇ ਪਾਸੇ ਪੰਥ ਖੜ੍ਹਦਾ। ਪੰਥ ਨੂੰ ਲੈ ਕੇ ਸ਼ਰਧਾ ਭਾਵ ਦੇ ਨਾਲ ਬੜੇ ਬੜੇ ਦਾਅਵੇ ਕੀਤੇ ਜਾਂਦੇ ਨੇ, ਪਰ ਉਦੋਂ ਕੀ ਹੋਵੇ ਜਦੋਂ ਪੰਥਕ ਲੀਡਰ ਖਾਏ ਜਾਣ ਵਾਲੇ ਕੋਈ ਸਿਆਸਤਦਾਨ ਐਂ ਦੀਆਂ ਹਰਕਤਾਂ ਕਰਨੀਆਂ, ਐਂ ਦੇ ਬਿਆਨ ਦੇਣ ਜਿਨ੍ਹਾਂ ਤੋਂ ਬਾਅਦ ਉਹਨਾਂ ਦੇ ਉੱਤੇ ਸਵਾਲ ਪੁੱਠੇ ਖੜ੍ਹੇ ਹੋਣ ਲੱਗ ਜਾਣ। ਗੱਲ ਕੀਤੀ ਜਾ ਰਹੀ ਹੈ ਦੋ ਵੱਡੇ ਸਿਆਸੀ ਲੀਡਰਾਂ ਦੀ, ਔਰ ਖਾਸ ਕਰਕੇ ਪੰਥਕ ਸਫਿਆਂ ਦੇ ਵਿੱਚ ਵੀ ਉਹਨਾਂ ਦੇ ਜਿਨ੍ਹਾਂ ਦੇ ਨਾਮ ਆਉਂਦੇ ਆ, ਜਿਨ੍ਹਾਂ ਦਾ ਜ਼ਿਕਰ ਲਗਾਤਾਰ ਹੁੰਦਾ ਰਹਿੰਦਾ। ਹਾਲ ਹੀ ਦੇ ਵਿੱਚ ਅਕਾਲੀ ਦਲ 'ਚ ਸ਼ਾਮਿਲ ਹੋਏ ਪਰਮਜੀਤ ਸਿੰਘ ਸਰਨਾ, ਔਰ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ। ਇਹਨਾਂ ਦੋਵਾਂ ਨੇ ਇੱਕ ਦੂਸਰੇ ਦੇ ਉੱਤੇ ਵੱਡੇ ਐਲੀਗੇਸ਼ਨਸ ਲਗਾ ਦਿੱਤੇ ਆ। ਹਰਮੀਤ ਸਿੰਘ ਕਾਲਕਾ ਨੇ ਤਾਂ ਪਰਮਜੀਤ ਸਿੰਘ ਸਰਨਾ ਬਾਰੇ ਇੱਥੋਂ ਤੱਕ ਗੱਲ ਕਰ ਦਿੱਤੀ ਕਿ ਉਹ ISI ਦੇ ਏਜੰਟ ਨੇ, ਪਾਕਿਸਤਾਨ ਦੇ ਏਜੰਟ ਨੇ। ਇਹ ਸਾਰਾ ਮਾਮਲਾ ਕਿਵੇਂ ਸ਼ੁਰੂ ਹੋਇਆ, ਇਹ ਇੱਦਾਂ ਪਹੁੰਚ ਕਿੱਦਾਂ ਗਿਆ, ਔਰ ਖਾਸ ਕਰਕੇ ਕੀ ਦੋ ਪੰਥਕ ਆਗੂਆਂ ਨੂੰ ਇਹ ਸ਼ੋਭਾ ਦਿੰਦਾ ਕਿ ਇੱਦਾਂ ਦੇ ਵਿਚਾਰ ਸਾਂਝੇ ਕੀਤੇ ਜਾਣ। ਕਿਤੇ ਕਿਤੇ ਗੱਲ ਇਹ ਵੀ ਹੋ ਰਹੀ ਹੈ ਕਿ ਹਰਮੀਤ ਸਿੰਘ ਕਾਲਕਾ ਤਾਂ ਸਿੱਧੇ ਤੌਰ ਦੇ ਉੱਤੇ BJP ਦੀ ਬੋਲੀ ਬੋਲਦੇ ਪਏ ਨੇ। ਹੈਰਾਨੀਜਨਕ ਗੱਲਾਂ ਨੇ ਜੋ ਸਾਹਮਣੇ ਆ ਰਹੀਆਂ ਨੇ। ਮੇਰੇ ਨਾਲ ਫਿਲਹਾਲ ਆਵਾਜ਼ ਕੌਮ ਜਥੇਬੰਦੀ ਦੇ ਮੁੱਖ ਸਲਾਹਕਾਰ ਸਰਦਾਰ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਸਮਾਂ ਦਿੱਤਾ, ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਪਰਮਜੀਤ ਸਿੰਘ ਸਰਨਾ ਅਤੇ ਹਰਮੀਤ ਸਿੰਘ ਕਾਲਕਾ ਦੇ ਵਿੱਚ ਜਿਹੜਾ ਵਿਵਾਦ ਉਹ ਵੱਧ ਗਿਆ, ਇੱਥੋਂ ਤੱਕ ਵੱਧ ਗਿਆ ਕਿ ਹਰਮੀਤ ਸਿੰਘ ਕਾਲਕਾ ਨੇ ਪਰਮਜੀਤ ਸਰਨਾ ਨੂੰ ISI ਦਾ ਏਜੰਟ ਕਹਿ ਦਿੱਤਾ, ਪਾਕਿਸਤਾਨ ਦਾ ਏਜੰਟ ਕਹਿ ਦਿੱਤਾ। ਉਹਨਾਂ ਦੇ ਬੋਲਾਂ ਦੇ ਵਿੱਚ ਤੁਹਾਨੂੰ ਕੁਝ ਹੋਰ ਨਹੀਂ ਝਲਕਦਾ ਨਜ਼ਰ ਆਉਂਦਾ ਕਿਤੇ? ਹਾਂਜੀ, ਜਿਹੜੀ ਇਹ ਸਾਰੀ ਗੱਲਬਾਤ ਚੱਲ ਰਹੀ ਹੈ ਨਾ, ਇਹਦੇ ਬਾਰੇ ਆਪਾਂ ਇਹ ਸਮਝਦੇ ਹਾਂ ਕਿ ਜੋ ਹੁਣ ਹਾਲਾਤ ਬਣ ਗਏ ਹੈ, ਜਿਹੜਾ ਸਾਡਾ ਧਾਰਮਿਕ ਸਟਰਕਚਰ ਹੈ ਨਾ, ਉਹਦੇ ਵਿੱਚ ਜਿਸ ਤਰੀਕੇ ਨਾਲ ਇਹ ਜਿਹੜੇ ਸਿਆਸੀ ਬੰਦੇ ਜਿਹੜੀ ਟਰਮ 'ਤੇ ਗੱਲ ਕਰਦੇ ਆ, ਉਹਦੇ ਨਾਲ ਸਾਡੇ ਉੱਤੇ ਇੱਦਾਂ ਇੱਦਾਂ ਦੇ ਸਵਾਲੇ ਚਿੰਨ੍ਹ ਬਣ ਗਏ ਆ ਕਿ ਬੰਦੇ ਇੱਕ ਦੂਜੇ ਦੇ ਉੱਤੇ ਤੋਹਮਤਾਂ ਲਾਉਣ ਲੱਗੇ, ਇਹ ਨਹੀਂ ਦੇਖਦੇ ਕਿ ਉਹਨਾਂ ਦੇ ਉੱਤੇ ਕਿਸ ਤਰੀਕੇ ਦੀ ਐਲੀਗੇਸ਼ਨ ਲਾ ਰਹੇ ਆ। ਹੁਣ ਹੁੰਦਾ ਕੀ ਹੈ, ਇੱਦਾਂ ਨਹੀਂ ਹੈ ਕਿ ਕੋਈ ਦੁੱਧ ਧੋਤਾ ਆ, ਸਮੱਸਿਆਵਾਂ ਹੈਗੀਆਂ ਨੇ, ਸਮੱਸਿਆਵਾਂ ਐਡੀਆਂ ਵੱਡੀਆਂ ਵੀ ਨੇ ਕਿ ਜਿਹਨਾਂ ਦੇ ਉੱਤੇ ਗੱਲ ਚਰਚਾ ਹੋਣੀ ਚਾਹੀਦੀ ਹੈ, ਮਗਰ ਨਾ ਕਿ ਉਸ ਪਾਸੇ ਨੂੰ ਗੱਲ ਕਰਕੇ ਧਿਆਨ ਕਿਸੇ ਹੋਰ ਪਾਸੇ ਲੈ ਕੇ ਜਾਂਦੇ ਆ। ਜਿਹੜੀ ਇਸ ਗੱਲਬਾਤ ਵਿੱਚ ਮੈਂ ਜਿਹੜੀ ਸਮਝਿਆ, ਜਿਹੜੀ ਹਰਮੀਤ ਸਿੰਘ ਕਾਲਕਾ ਹੋਣਾ ਨੇ ਜਿਹੜੀ ਉਹਨਾਂ ਦੇ ਉੱਤੇ ਟੀਕਾ ਟਿੱਪਣੀਆਂ ਕੀਤੀਆਂ ਨੇ, ਜਿਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ISI ਦਾ ਏਜੰਟ ਤੱਕ ਕਹਿ ਦਿੱਤਾ, ਇਹ ਇਸ ਤਰੀਕੇ ਨਾਲ ਹੈ ਕਿ ਜਿੱਦਾਂ ਮੰਨ ਲਓ ਕੋਈ ਕਿਸੇ ਨੂੰ ਕਵੇ ਕਿ ਤੂੰ ਗਲਤ ਕੰਮ ਕਰਦਾ ਜਾਂ ਤੂੰ ਗਲਤ ਬਣਦਾ ਆ, ਤੇਰੇ ਉੱਤੇ ਮਾੜੇ ਦੇ ਮਾੜੇ ਇਲਜ਼ਾਮ ਕੋਈ ਲਾ ਦਿਉ,
ਉਹਨੂੰ ਲੱਗੇ ਕਿ ਹੁਣ ਇਹਨੇ ਮੇਰੇ 'ਤੇ ਇਲਜ਼ਾਮ ਲਾਇਆ ਅਤੇ ਮੈਂ ਹੁਣ ਇਹਦਾ ਮੂੰਹ ਬੰਦ ਕਰਨ ਲਈ ਇੱਥੇ ਕੋਈ ਮਾੜੇ ਇਲਜ਼ਾਮ ਲਾ ਦੇਵਾਂ। ਇਸ ਤਰੀਕੇ ਨਾਲ ਜਿਹੜੀ ਬਚਕਾਨਾ ਹਰਕਤਾਂ ਜਿਹੀਆਂ ਕਰਦੇ ਨੇ। ISI ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਕਿ ਕੋਈ ਉਹਨਾਂ ਦਾ ਏਜੰਟ ਬਣਾ ਤਾ, ਉਹਨਾਂ ਨੇ ਭਾਰਤ ਦੇ ਅੰਦਰ ਕੋਈ ਇੱਦਾਂ ਦਾ ਏਜੰਟ ਬਣਾ ਤਾ। ਜੇ ਉਹਨਾਂ ਨੇ ਇਹਨਾਂ ਨੂੰ ਇੱਦਾਂ ਦਾ ਮੰਨਿਆ ਜਾਂ ਕਿਹਾ, ਫਿਰ ਕੀ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਜਿਹੜੀਆਂ ਭਾਰਤ ਦੇ ਜਿਹੜੇ ਕਾਨੂੰਨ ਹੈ ਕਿ ਉਹ ਸੁੱਤਾ ਆ? ਉਹਨੂੰ ਨਹੀਂ ਪਤਾ ਕਿ ਕਿਸੇ ਇੱਦਾਂ ਦੇ ਬੰਦੇ ਨੂੰ ਤਾਕਤ ਦਿੱਤੀ ਹੋਈ ਹੈ ਜਿਹਨੂੰ ISI ਦਾ ਏਜੰਟ ਕਹਿਣ ਡੇ? ਅਸਲ 'ਚ ਕੀ ਹੈ, ਜਿਹੜੇ ਕਾਲਕਾ ਹੋਣਾ ਨੇ ਨਾ, ਇਹ BJP ਦੀ ਬੋਲੀ ਬੋਲਦੇ ਆ, BJP ਦੇ ਜਿਹੜੇ ਨਾਲ ਇਹਨਾਂ ਦੇ ਸੁਰ ਰਲਦੇ ਆ ਨਾ, ਇਸ ਕਰਕੇ ਤਾਂ BJP ਨੂੰ ਸੂਟ ਕਰਦਾ। ਇੰਨੇ ਉੱਦਾਂ ਦੇ ਵਰਡ ਵਰਤਨੇ ਜਿਹੜੇ ਆਮ ਤੌਰ 'ਤੇ RSS ਦੇ ਬੰਦੇ ਜਾਂ ਜਿਹੜੇ ਇੱਦਾਂ ਦੇ ਬੰਦੇ ਜਿਹੜੇ ਹਿੰਦੂ ਤਵ ਦਾ ਏਜੰਡਾ ਲੈ ਕੇ ਤੋਂ ਘੁੰਮਣ ਡੇ ਆ, ਜਿਹੜੀ ਕੋਈ ਉਹਨਾਂ ਦੀ ਗੱਲ ਕੱਟੇ ਉੱਤੇ ਸਿੱਧਾ ਉਹ ਇਹ ਇਲਜ਼ਾਮ ਲਾਉਂਦੇ ਕਿ ਇਹ ਤਾਂ ਜੀ ISI ਦੇ ਏਜੰਟ ਨੇ। ਦੇਖੋ, ਏਜੰਟ ਬਣਾਉਣਾ ਨਾ ਬਣਾਉਣਾ ਉਹ ਇਹਨਾਂ ਦੇ ਉੱਤੇ, ਇਹਨਾਂ ਨੂੰ ਸੂਟ ਕਰਦਾ ਹੋਊਗਾ ਇਹ ਬਣਾ ਦੇਣ। ਹਾਂ, ਕਾਲਕੇ ਹੁਣਾਂ ਨੂੰ ਅਗਰ RSS ਦਾ ਬੰਦਾ ਕਿਹਾ ਤਾਂ ਉਹਨਾਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਆਲਰੇਡੀ ਉਹ BJP ਦੇ ਨਾਲ ਗੱਠਜੋੜ ਰੱਖਦੇ ਨੇ। ਉਹਨਾਂ ਕੋਲ ਆਪਣੀ ਜਿੱਦਾਂ ਗੱਲ ਚੱਲ ਰਹੀ ਹੈ ਕਿ ਪਤਨੀ ਦੇ ਲਈ BJP 'ਚ ਸੀਟ ਦੀ ਆਸ ਰੱਖ ਕੇ ਉਹ ਅੱਜ ਕੱਲ੍ਹ ਮੀਟਿੰਗਾਂ ਕਰਦੇ ਨੇ, ਅਤੇ ਜੇ ਇੱਦਾਂ ਦੀ ਗੱਲ ਹੈਗੀ ਤਾਂ ਨੰਗੇ ਚਿੱਟੇ ਹੋ ਕੇ ਕਹਿਣ ਕਿ ਠੀਕ ਹੈ ਸਾਨੂੰ ਸੂਟ ਕਰਦਾ ਅਤੇ ਅਸੀਂ ਉਹਨਾਂ ਦੇ ਨਾਲ ਤੁਰਦੇ ਹਾਂ ਅਤੇ ਅਸੀਂ ਅੱਗੇ ਤੁਰਾਂਗੇ ਵੀ। ਸਾਨੂੰ ਦੇਖੋ ਉਹ ਨਾ ਰੁਕਣ ਕਿ ਅਸੀਂ ਕੀ ਕਹਿਣਾ ਕੀ ਨਹੀਂ ਕਹਿਣਾ, ਸਾਨੂੰ ਸਾਰਿਆਂ ਨੂੰ ਅਧਿਕਾਰ ਹੋਣਾ ਚਾਹੀਦਾ, ਕਿਉਂਕਿ ਅਸੀਂ ਇੱਕ ਇੱਦਾਂ ਦੀ ਜਥੇਬੰਦੀਆਂ ਜਾਂ ਇੱਦਾਂ ਦਾ ਸਮਾਜਿਕ ਸੰਸਥਾਵਾਂ ਨੇ ਜਿਨ੍ਹਾਂ ਦਾ ਇਹ ਕਹਿਣਾ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਭਾਰਤੀ ਹਕੂਮਤ ਵੱਲੋਂ, ਖਾਸ ਤੌਰ 'ਤੇ BJP ਵੱਲੋਂ ਜਾਂ RSS ਵੱਲੋਂ, ਸਿੱਖਾਂ ਨੂੰ ਇੱਕ ਵੱਖਰੀ ਕੌਮ ਨਹੀਂ ਮੰਨਦੇ ਹੋ, ਜਾਂ ਉਹਨਾਂ ਨੇ ਇੱਦਾਂ ਦੇ ਪ੍ਰੋਪਗੈਂਡੇ ਜਾਂ ਇੱਦਾਂ ਦੇ ਕਈ ਸਾਰੇ ਕੰਮ ਛੇੜੇ ਹੋਏ ਨੇ ਜਿਹਦੇ ਵਿੱਚ ਉਹ ਸਾਨੂੰ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਜਾਂ ਕੁਚਲਣਾ ਚਾਹੁੰਦੇ ਨੇ। ਇਹਨਾਂ ਸਾਰੀਆਂ ਗੱਲਾਂ ਦੇ ਬਾਬਤ ਜੇ ਕੋਈ ਕਹੇ ਕਿ ਮੈਂ BJP ਜਾਂ RSS ਦੇ ਨਾਲ ਸਾਂਝ ਰੱਖਦਾ ਅਤੇ ਮੈਂ ਸਿੱਖ ਵੀ ਹਾਂ, ਫਿਰ ਉਹਨੂੰ ਅਧਿਕਾਰ ਨਹੀਂ ਹੈਗਾ। ਇਹ ਤਾਂ ਸਿੱਖ ਤੈਅ ਕਰਨਗੇ ਕਿ ਕਿਹੜਾ ਬੰਦਾ ਜਿਹੜਾ ਉਹਨੂੰ ਸਿੱਖ ਅਖਵਾਉਣ ਦਾ ਅਧਿਕਾਰ ਹੈਗਾ ਕਿ ਨਹੀਂ ਹੈਗਾ। ਧੱਕੇ ਨਾਲ ਨਹੀਂ, ਧੱਕੇ ਨਾਲ ਤਾਂ ਇੱਥੇ ਵੀ ਬਹੁਤ ਬੰਦੇ ਨੇ ਜਿਹੜੇ ਸਿਰਾਂ 'ਤੇ ਪੱਗਾਂ ਬੰਨ੍ਹੇ ਫਿਰਦੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀਆਂ ਨੇ ਸੋਧੇ ਕਰ ਲੈਂਦੇ ਆ। ਸੋ ਇਹ ਧੱਕੇ ਵਾਲਾ ਕੰਮ ਨਹੀਂ ਹੈਗਾ, ਇਹਦੇ ਲਈ ਬਾਕਾਇਦਾ ਤੁਹਾਨੂੰ ਰਹਿਣੀ ਬਹਿਣੀ ਉੱਦਾਂ ਦੀ ਬਣਾਉਣੀ ਪੈਣੀ ਹੈ ਜਿਹਦੇ 'ਚ ਤੁਹਾਨੂੰ ਇਹ ਕੋਈ ਸਵਾਲ ਨਾ ਕਰੇ ਕਿ ਤੁਸੀਂ ਸਿੱਖ ਹੈਗੇ ਹੋ ਕਿ ਨਹੀਂ ਹੈਗੇ। ਨਹੀਂ ਭਾਈ ਸਾਹਿਬ, ਆਪਾਂ ਨੇ ਇੱਕ ਵਾਰੀ ਇਹ ਵੀ ਗੱਲ ਕਰ ਲਈਏ, ਹੁਣ ਆਮ ਬੋਲਚਾਲ ਦੇ ਵਿੱਚ ਤਾਂ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਭਾਈ ਫਲਾਣਾ ਬੰਦਾ RSS ਦੇ ਨਾਲ ਮਿਲਿਆ ਹੋਇਆ, ਇੱਥੋਂ ਤੱਕ ਵੀ ਕਹਿ ਦਿੰਦੇ ਕਿ ਭਾਈ ਇਹਨਾਂ ਨੇ ਤਾਂ ਕੁੜਤਿਆਂ ਪਜਾਮਿਆਂ ਥੱਲੇ ਨਿੱਕਰਾਂ ਪਾਈਆਂ ਹੋਈਆਂ। ਹੁਣ ਇਹਦੇ ਵਿੱਚ ਸੱਚਾਈ ਕਿੰਨੀ ਆ, ਅਸਲ ਤੱਥ ਕੀ ਹੈ ਇਹਦਾ? ਮਤਲਬ ਜੇ ਆਪਾਂ ਐਲੀਗੇਸ਼ਨ ਦੇ ਉੱਤੇ ਵੀ ਜਾਈਏ, ਹਰਮੀਤ ਸਿੰਘ ਕਾਲਕਾ ਦੀ ਗੱਲ ਹੋਈ ਜਾਂ ਮਨਜਿੰਦਰ ਸਿੰਘ ਸਰਸਾ ਦੀ ਗੱਲ ਹੋਈ, ਇਹਨਾਂ ਨੂੰ ਜੇ RSS ਦੇ ਨਾਲ ਜੋੜਿਆ ਜਾਂ ਕਿਹਾ ਕਿ ਇਹਨਾਂ ਨੇ ਪੰਥ ਨੂੰ RSS ਦੇ ਕੋਲ ਰੱਖ ਦਿੱਤਾ ਆ, ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? ਕਿੱਦਾਂ ਦੇਖਦੇ ਹੋ ਕਿ ਇਹਨਾਂ ਦੇ ਉੱਤੇ ਕਿੰਨੇ ਕੁ ਇਲਜ਼ਾਮ ਨੇ ਔਰ ਕਿੰਨੇ ਭਾਰੀ ਇਲਜ਼ਾਮ ਨੇ? ਜਿਹੜੇ ਇੱਦਾਂ ਦੇ ਬੰਦੇ ਹੁੰਦੇ ਨੇ, ਇਹਨਾਂ ਦੇ ਕੰਮ ਕਰਨ ਦੇ ਤਰੀਕੇ, ਤੌਰ ਤਰੀਕੇ ਦੱਸਦੇ ਹੁੰਦੇ ਆ ਕਿ ਇਹ ਕਿਸ ਤਰੀਕੇ ਨਾਲ ਉਹਨਾਂ ਦੇ ਅੱਗੇ ਝੁਕੇ ਹੋਏ ਨੇ। ਜਿਹੜੇ ਕਾਲਕਾ ਹੋਣਾ ਨੇ ਜਾਂ ਈਵਨ ਜਿਹੜਾ ਪਰਮਜੀਤ ਸਿੰਘ ਸਰਨਾ ਹੋਣਾ ਨੇ, ਇਹਨਾਂ ਨੇ ਵੀ ਜਦੋਂ ਇਹਨਾਂ ਕੋਲ ਤਾਕਤਾਂ ਰਹੀਆਂ ਨੇ, ਇਹਨਾਂ ਨੇ ਵੀ ਪੰਥ ਦੇ ਜਿਹੜੇ ਪਿੱਠ 'ਚ ਕਹਿ ਲਓ ਛੁਰਾ ਮਾਰਿਆ, ਇਹਨਾਂ ਨੇ ਇੱਦਾਂ ਇੱਦਾਂ ਦੇ ਬੜੇ ਮਾੜੇ ਇੱਦਾਂ ਦੇ ਫੈਸਲੇ ਲਏ ਨੇ ਜਿਹਨਾਂ ਕਰਕੇ ਪੰਥ ਵਿੱਚ ਹਮੇਸ਼ਾ ਭੰਬਲ ਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਰਕੇ ਜਿੱਦਾਂ ਹੁਣ ਕਾਲਕੇ ਉਹਨਾਂ ਨੇ ਐਲੀਗੇਸ਼ਨ ਲਾਇਆ ਕਿ ਜੀ ਤਰੀਕਾਂ ਜਿਹੜੀਆਂ ਡੇਟਸ ਨੇ ਉਹਨਾਂ ਵਿੱਚ ਫਰਕ ਹੋਣ ਕਰਕੇ ਇਹ ਅਕਾਲ ਤਖਤ ਸਾਹਿਬ ਨੂੰ ਜਿਹੜੇ ਨੇ ਉਹਨਾਂ ਦੀ ਮਰਿਆਦਾ ਨੂੰ ਨਹੀਂ ਮੰਨਦੇ ਜਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਭਗੌੜੇ ਨੇ। ਸਿੱਧੀ ਜਿਹੜੀ ਗੱਲ ਹੈਗੀ ਹੈ, ਜਦੋਂ ਤਾਂ ਤੁਹਾਨੂੰ ਸੂਟ ਕਰਦਾ, ਤੁਸੀਂ ਅਮਿਤ ਸ਼ਾਹ ਨੂੰ ਵੀ ਸਿਰੋਪੇ ਪਵਾ ਦਿੰਦੇ ਜਥੇਦਾਰ ਕੋਲੋਂ, ਜਦੋਂ ਤਾਂ ਤੁਹਾਨੂੰ ਸੂਟ ਕਰਦਾ ਉਦੋਂ ਤੁਸੀਂ ਅੰਮ੍ਰਿਤਪਾਲ ਨੂੰ ਜੇਲ੍ਹਾਂ 'ਚ ਵੀ ਭੇਜਣ ਨੂੰ ਤਿਆਰ ਹੋ, ਬਾਕੀ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਸੂਟ ਕਰਦੀਆਂ,
ਹੋਰ ਵੀ ਪੰਜਾਬ ਦੇ ਹੱਕ ਹਕੂਕਾਂ ਨੂੰ ਲੈ ਕੇ ਜਿੰਨੇ ਵੀ ਹਾਹ ਦਾ ਨਾਰਾ ਮਾਰਨਾ ਸੀਗਾ ਉਹ ਬੰਦੇ ਮੈਨੇਜ ਹੋ ਜਾਂਦੇ ਆ। ਮਨਜਿੰਦਰ ਸਿੰਘ ਸਿਰਸਾ ਜਦੋਂ ਕਿਸਾਨੀ ਮੋਰਚਾ ਦਿੱਲੀ ਲੱਗਾ ਰਿਹਾ ਉਦੋਂ ਉਸ ਬੰਦੇ ਨੇ ਮਤਲਬ ਇੱਕ ਸਾਜਿਸ਼ ਦੇ ਤਹਿਤ ਕਹਿ ਲਓ ਉਹ ਬੰਦਾ ਉਹਨਾਂ 'ਚ ਫਿੱਟ ਰਿਹਾ ਕਿਸਾਨਾਂ 'ਚ ਕਿ ਮੈਂ ਸੇਵਾ ਕਰਦਾ, ਮੈਂ ਤੁਹਾਡੇ ਲਈ ਅੱਗੇ ਆਵਾਜ਼ ਬਣੂੰਗਾ, ਤੁਹਾਡੀ ਗੱਲ ਰੱਖੂੰਗਾ। ਬਾਅਦ ਵਿੱਚ ਦੇਖੋ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਮੈਂ ਕਦੀ ਬੀਜੇਪੀ 'ਚ ਨਹੀਂ ਜਾਊਂਗਾ, ਕਦੀ ਇੱਦਾਂ ਹੋ ਨਹੀਂ ਸਕਦਾ, ਇਹ ਸਿਰ ਉਸ ਚੀਜ਼ ਲਈ ਬਣਿਆ ਨਹੀਂ ਜੀ, ਇੱਦਾਂ ਦੀਆਂ ਗੱਲਾਂ ਜਿਹੜਾ ਕਰਦਾ ਸੀ। ਉਹੀ ਬੰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮੇਨ ਬੰਦਾ ਰਿਹਾ ਅਤੇ ਅੱਜ ਬੀਜੇਪੀ ਦੇ ਵਿੱਚ ਵੀ ਉਹ ਮਤਲਬ ਧੂਮਧਾਮ ਦੇ ਨਾਲ ਉੱਥੇ ਕੰਮ ਕਰ ਰਿਹਾ ਅਤੇ ਵੱਜਦਾ ਆ। ਇੱਦਾਂ ਹੀ ਕਾਲਕਾ ਹੋਣਾ ਨੇ, ਇਹ ਉਹ ਨੈਰੇਟਿਵ ਸੈੱਟ ਕਰਨ ਡੇ ਪੰਜਾਬ ਦੇ ਅੰਦਰ ਜਾਂ ਪੰਜਾਬ ਦੇ ਵਿੱਚ ਇਹਨਾਂ ਨੇ ਇੱਦਾਂ ਦੇ ਬੰਦਿਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਪੰਥ ਦੇ ਲਈ ਖਤਰਨਾਕ ਨੇ। ਉਹ ਇੱਦਾਂ ਦੇ ਕੰਮ ਜਾਂ ਇੱਦਾਂ ਦੇ ਉਹਨਾਂ ਦੇ ਅਸੂਲ ਜਾਂ ਉਹਨਾਂ ਦੇ ਕੰਮ ਇੱਦਾਂ ਦੇ ਨੇ ਜਿਹਦੇ ਨਾਲ ਅਸੀਂ ਸਾਰੇ ਹੀ ਇਹ ਸੋਚਦੇ ਹਾਂ ਕਿ ਪੰਜਾਬ ਖਤਰੇ 'ਚ, ਸਿੱਖ ਖਤਰੇ 'ਚ। ਹੁਣ ਕਾਲਕੇ ਹੁਣਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਵਫਦ ਲੈ ਕੇ ਜਾਂਦੇ ਨੇ ਜਾਂ ਜਿਹੜਾ ਜਥਾ ਜਾਂਦਾ ਆ ਜਥੇ ਰੂਪ ਦੇ ਵਿੱਚ ਪਾਕਿਸਤਾਨ ਦੇ ਵਿੱਚ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਲਈ, ਉਹ ਡੇਟਾ ਮੁਤਾਬਕ ਨਹੀਂ ਸੀਗਾ। ਇਹਨਾਂ ਦਾ ਇਹ ਇੰਟਰਸਟ ਨਹੀਂ ਹੈਗਾ ਕਿ ਉਹ ਡੇਟਾ ਮੁਤਾਬਕ ਹੈਗਾ ਕਿ ਨਹੀਂ ਹੈਗਾ, ਇਹਨਾਂ ਨੂੰ ਇਹ ਕਿ ਉਹਨਾਂ ਦੀ ਪੁੱਛਗਿੱਛ ਨਹੀਂ ਘਟੀ। ਸਰ ਨੇ ਹੁਣ ਇਸ ਚੀਜ਼ ਦੇ ਲਈ ਉੱਥੇ ਲੋਕਾਂ ਨੂੰ ਮਤਲਬ ਤਿਆਰ ਕਰ ਰਹੇ ਨੇ ਜਾਂ ਉਹਨਾਂ ਕੋਲੋਂ ਕਲੈਕਸ਼ਨ ਕੀਤੀ ਆ ਜਾਂ ਅੱਗੇ ਉਹਨਾਂ ਨੇ ਵੀਜ਼ੇ ਲੈਣ ਦੇ ਲਈ ਜਿਹੜਾ ਉਹਨਾਂ ਕੋਲ ਪ੍ਰੋਸੈਸ ਆ, ਇਹ ਤਾਂ ਇਹ ਕਹਿ ਹੀ ਨਹੀਂ ਸਕਦਾ ਉਹ 'ਤੇ ਇਲਜ਼ਾਮ ਲੈ ਨਹੀਂ ਸਕਦਾ। ਇਕੱਲੇ ਸਰ ਨੇ ਹੋਣਾ ਕਿ ਬਹੁਤ ਸਾਰੀ ਇੱਦਾਂ ਦੀ ਜਥੇਬੰਦੀਆਂ ਨੇ ਜਿਹੜੀ ਪਾਕਿਸਤਾਨ ਦੇ ਵਿੱਚ ਦਰਸ਼ਨ ਦੀਦਾਰਾਂ ਨੂੰ, ਗੁਰਦੁਆਰਿਆਂ ਦੇ ਦਰਸ਼ਨ ਦੀਦਾਰਾਂ ਨੂੰ ਲੈ ਕੇ ਜਾਂਦੀਆਂ ਨੇ ਜਥਿਆਂ ਨੂੰ, ਅਤੇ ਉਹਨਾਂ ਨੇ ਕਿਸੇ ਵੀ ਧਾਰਮਿਕ ਇੱਦਾਂ ਦੀ ਕਹਿ ਲਓ ਇੰਸਟੀਟਿਊਟ ਬੋਡੀ ਤੋਂ ਉਹਦੀ ਕੋਈ ਇੱਦਾਂ ਦੀ ਮਨਜ਼ੂਰੀ ਨਹੀਂ ਲਈ ਹੋਈ। ਉਹਨਾਂ ਦਾ ਇੱਕ ਆਪਣਾ ਹੀ ਇਸ ਚੀਜ਼ ਦਾ ਜਥਾ ਬਣਿਆ ਹੋਇਆ, ਇੱਕ ਆਪਣੀ ਸੰਸਥਾ ਬਣੀ ਹੋਈ ਹੈ ਜਿਹਦੇ ਤਹਿਤ ਉਹ ਸਾਰਾ ਕੁਝ ਕਰਦੇ ਆ। ਜੇ ਪਰਮਜੀਤ ਸਿੰਘ ਸਰਨਾ ਹੋਣਾ ਕਰਦੇ ਵੀ ਨਹੀਂ, ਜੇ ਉਹਨਾਂ ਦੇ ਵੀਜ਼ੇ ਨੂੰ ਰਿਫਿਊਜ਼ਲ ਲੱਗੀ ਹੈ ਜਾਂ ਬਾਅਦ ਵਿੱਚ ਉਹਨਾਂ ਨੇ ਕੁਛ ਬੰਦਿਆਂ ਦਾ ਵੀਜ਼ਾ ਲਗਵਾ ਵੀ ਲਿਆ, ਇਹਨਾਂ ਨੂੰ ਉਸ 'ਚ ਕੀ ਪ੍ਰੋਬਲਮ ਆ? ਇਹਨਾਂ ਨੂੰ ਸਿਰਫ ਇਹੀ ਪ੍ਰੋਬਲਮ ਆ ਕਿ ਇਹਨਾਂ ਦੀ ਪੁੱਛਗਿੱਛ ਕਿਉਂ ਨਹੀਂ ਘਟਦੀ, ਅਤੇ ਇਹਨਾਂ ਕਾਲ ਕੇ ਉਹਨਾਂ ਦੀ ਪੁੱਛਗਿੱਛ ਕਿੱਦਾਂ ਵਧਣੀ ਆ, ਜਾਂ ਇਹ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਜਸਟੀਫਾਈ ਕਰ ਸਕਣ ਕਿ ਅਸੀਂ ਬੀਜੇਪੀ 'ਚ ਵੀ ਹੋਈਏ ਅਤੇ ਨਾਲ ਅਸੀਂ ਪੰਥਕ ਵੀ ਖਵਾਈਏ। ਸੋ ਇਹ ਦੋਨੋਂ ਚੀਜ਼ਾਂ ਸੰਭਵ ਨਹੀਂ ਹੈਗੀਆਂ, ਇਹਨਾਂ ਨੂੰ ਸਮਝਣਾ ਚਾਹੀਦਾ ਇੱਕ ਦੂਜੇ ਲਈ ਇਲਜ਼ਾਮ ਲਾਉਣ ਲੱਗੇ। ਹਾਂ, ਜੇ ਉਹਨਾਂ ਨੂੰ ਕਾਲ ਕੇ ਉਹਨਾਂ ਨੂੰ ਲੱਗਦਾ ਕਿ ਉਹ ਆਰ ਐੱਸ ਐੱਸ ਦੇ ਏਜੰਟ ਨਹੀਂ ਹੈਗੇ ਅਤੇ ਉਹ ਪਬਲਿਕ ਕਰ ਦੇਣਾ ਗੱਲ ਕਿ ਮੈਂ ਆਰ ਐੱਸ ਐੱਸ ਦੇ ਨਾਲ ਕੋਈ ਤਾਲੁਕ ਨਹੀਂ ਰੱਖਦਾ, ਮੇਰੀ ਉਹਨਾਂ ਨਾਲ ਕੋਈ ਧਾਰਮਿਕ ਸਾਂਝ ਨਹੀਂ ਹੈਗੀ ਆ। ਆਪਾਂ ਬਿਲਕੁਲ ਸਪਸ਼ਟ ਕਲੀਅਰ ਕਰੀਏ ਕਿ ਜਿਹੜੇ ਸਿੱਖ ਨੇ ਉਹ ਆਰ ਐੱਸ ਐੱਸ ਵਿਰੋਧੀ ਨੇ, ਅਤੇ ਜਿਹੜੀ ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਘੱਟ ਗਿਣਤੀਆਂ ਨੂੰ ਦਬਾਉਂਦੀਆਂ ਨੇ, ਕੁਚਲਦੀਆਂ ਨੇ, ਮਾਰਨ ਦੀਆਂ ਧਮਕੀਆਂ ਦਿੰਦੀਆਂ ਨੇ, ਸਾਡੇ ਆਦਰਸ਼ ਸਾਡੇ ਸ਼ਹੀਦਾਂ ਨੂੰ ਅਪਮਾਨਿਤ ਕਰਦੀਆਂ ਨੇ, ਉਹਨਾਂ ਦਾ ਸਿੱਧਾ ਬਾਈਕਾਟ ਕਰ ਦੇਵੇ। ਆਪੇ ਕਲੀਅਰ ਕਰ ਲਾਂਗੇ ਕਿ ਕਾਲਕਾ ਜਿਹੜਾ ਆਰ ਐੱਸ ਐੱਸ ਦਾ ਜਾਂ ਬੀਜੇਪੀ ਦਾ ਉਸ ਹਿਸਾਬ ਦਾ ਏਜੰਟ ਨਹੀਂ ਹੈਗਾ। ਸੋ ਇਹਨਾਂ ਦੀਆਂ ਨਿੱਜੀ ਕਈ ਕਮਜ਼ੋਰੀਆਂ, ਕਈ ਸਮੱਸਿਆਵਾਂ ਨੇ, ਉਹਦੇ ਕਰਕੇ ਇਹ ਬੰਦੇ ਪਲ ਪਲ ਆਪਣੀ ਕੌਮ ਦਾ ਸਿਰ ਝੁਕਾ ਕੇ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਪ੍ਰਫੁੱਲਤ ਕਰਨਾ ਚਾਹੁੰਦੇ ਆ, ਮਗਰ ਇਹ ਗੱਲ ਅਸੀਂ ਜਾਣਦੇ ਹਾਂ, ਬਹੁਤ ਸਾਰੇ ਲੋਕਾਂ ਤੱਕ ਅਸੀਂ ਪਹੁੰਚਦੀ ਵੀ ਕਰਦੇ ਹਾਂ ਕਿ ਇਹਨਾਂ ਤੋਂ ਬਚਿਆ ਜਾਵੇ। ਇਹ ਸਿੱਖ ਲੀਡਰ ਨਹੀਂ ਹੈਗੇ, ਇਹਨਾਂ ਦੀਆਂ ਘਰਾਂ ਦੀਆਂ ਰੋਟੀਆਂ ਜਾਂ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ, ਇਸ ਕਰਕੇ ਉੱਧਰ ਬੈਠੇ ਨੇ, ਨਹੀਂ ਤਾਂ ਇਹਨਾਂ ਨੂੰ ਪੁੱਛੋ ਇਹਨਾਂ ਨੇ ਧਰਮ ਦਾ ਕੀ ਸਵਾਰਿਆ। ਸੋ ਨਾ ਅਸੀਂ ਇਹਨਾਂ ਕੋਲ ਕੋਈ ਆਸ ਰੱਖਦੇ ਹਾਂ, ਨਾ ਹੀ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਇਹਨਾਂ ਕੋਲ ਸੇਫ ਨੇ, ਅਤੇ ਅਸੀਂ ਚਾਹਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਦਾਂ ਦਾ ਕੋਈ ਸਟਰਕਚਰ ਖੜ੍ਹਾ ਕਰ ਸਕੀਏ ਜਿਹਦੇ 'ਚ ਲਾਇਕ ਬੰਦੇ ਗੁਰਦੁਆਰੇ ਦੇ ਪ੍ਰਬੰਧ ਸਾਂਭਣ, ਜਿਹਨਾਂ ਦੀ ਕੋਈ ਵੀ ਸਿਆਸੀ ਗਰਜ ਨਾ ਹੋਵੇ, ਉਹ ਜਿਹੜੇ ਵੀ ਚਾਹੇ ਕੋਈ ਜਥੇਬੰਦੀ ਹੋਵੇ ਜੀ, ਮੈਂ ਕਹਿੰਦਾ ਚਾਹੇ ਬੀਜੇਪੀ ਆਰ ਐੱਸ ਐੱਸ ਬੀ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ, ਕੋਈ ਪਾਰਟੀ ਹੋਵੇ,
ਸਾਡੇ ਧਾਰਮਿਕ ਅਦਾਰਿਆਂ ਦੇ ਆਗੂਆਂ ਦਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਝੁਕਾਅ ਜਾਂ ਉੱਧਰਲੇ ਪਾਸੇ ਉਹਨਾਂ ਦਾ ਮਤਲਬ ਕੋਈ ਇੱਦਾਂ ਦਾ ਨਹੀਂ ਝੁਕਾਅ ਹੋਣਾ ਚਾਹੀਦਾ ਜਿਹਦੇ ਕਰਕੇ ਸਾਡੀ ਹੇਠੀ ਹੋਵੇ ਜਾਂ ਅਸੀਂ ਉਹਨਾਂ ਦੇ ਲਈ ਕੋਈ ਕੰਮ ਕਰੀਏ। ਅੱਛਾ, ਬੀਜੇਪੀ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਹਰਮੀਤ ਸਿੰਘ ਕਾਲਕਾ ਦਾ ਜਾਣਾ, ਔਰ ਉਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਦਾ ਇਹ ਕਹਿਣਾ ਕਿ ਭਾਈ ਇਹਨਾਂ ਦੀ ਵਾਈਫ ਜਿਹੜੀ ਹੈ ਉਹ ਇਲੈਕਸ਼ਨਸ ਵਿੱਚ ਖੜਨਾ ਚਾਹੁੰਦੇ ਨੇ ਜਾਂ ਫਿਰ ਇਹ ਖੜਾਉਣਾ ਚਾਹੁੰਦੇ ਨੇ ਉਹਨਾਂ ਨੂੰ, ਇਹ ਕਿਤੇ ਇੰਟਰਰਿਲੇਟਡ ਨਹੀਂ ਤੁਹਾਨੂੰ ਲੱਗਦਾ? ਇਹਦੇ 'ਚ ਸੱਚਾਈ ਹੈਗੀ, ਉਦਾਂ ਇੱਦਾਂ ਨਹੀਂ ਹੈ ਕਿ ਇਹ 'ਚ ਸੱਚਾਈ ਨਹੀਂ ਹੈਗੀ, ਕਿਉਂਕਿ ਉਹ ਆਪ ਕਹਿੰਦੇ ਨੇ ਕਿ ਸਾਡੀਆਂ ਜਿਹੜੀਆਂ ਬੰਦ ਕਮਰਾ ਮੀਟਿੰਗਾਂ ਹੁੰਦੀਆਂ ਨੇ ਉਹਨਾਂ 'ਚ 100 ਗੱਲਾਂ ਹੁੰਦੀਆਂ, ਅਸੀਂ ਪਬਲਿਕ ਨਹੀਂ ਕਰ ਸਕਦੇ। ਤੁਸੀਂ ਤਾਂ ਧਾਰਮਿਕ ਆਗੂ, ਤੁਹਾਡਾ ਬਣਦਾ ਹੀ ਨਹੀਂ ਕਿ ਤੁਸੀਂ ਬੰਦ ਕਮਰਾ ਮੀਟਿੰਗਾਂ 'ਚ ਜਿਹੜੀਆਂ ਗੱਲਾਂ ਕੀਤੀਆਂ ਉਹ ਪੰਥ ਨੂੰ ਨਾ ਦੱਸੋ। ਇਹੋ ਜਿਹੀਆਂ ਕਿਹੜੀਆਂ ਬੰਦ ਕਮਰਾ ਗੱਲਾਂ ਚੱਲ ਰਹੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਪੰਥ ਦੇ ਮੂਹਰੇ ਨਹੀਂ ਦੱਸ ਸਕਦੇ? ਸੋ ਇਹ ਤਾਂ ਸਾਫ਼ ਸਪੱਸ਼ਟ ਨੇ ਕਿ ਇਹ ਗਲਤ ਨੇ। ਇਹਨਾਂ ਨੇ ਅੰਦਰ ਬਹਿ ਕੇ ਪਤਾ ਨਹੀਂ ਕਿਹੜੇ ਸਿਆਸੀ ਮਫਾਦ ਆਪਣੇ ਸੈੱਟ ਕੀਤੇ ਹੋਏ ਆ, ਜਿਹਦੇ ਨਾਲ ਸਾਡੀ ਕੌਮ ਦਾ ਦਿਨ ਪਰ ਦਿਨ ਨੁਕਸਾਨ ਕਰ ਰਹੇ ਆ। ਇੱਦਾਂ ਦੇ ਸਾਡੇ ਕਹਿ ਲਓ ਧਾਰਮਿਕ ਸਥਾਨ ਜਾਂ ਸਾਡੇ ਤਖ਼ਤ ਸਾਹਿਬ ਦੇ ਉੱਤੇ ਇੱਦਾਂ ਦੇ ਮਤਲਬ ਕੰਮ ਹੋ ਰਹੇ ਨੇ, ਇੱਦਾਂ ਦੇ ਕਬਜ਼ੇ ਕਰਾ ਕੇ ਕੰਮ ਕਰਾਏ ਜਾ ਰਹੇ ਨੇ ਕਿ ਇਹ ਲੋਕ ਉਸ ਬਾਬਤ ਕੋਈ ਆਵਾਜ਼ ਨਹੀਂ ਚੁੱਕਦੇ, ਕੋਈ ਗੱਲ ਨਹੀਂ ਕਰਦੇ। ਹਜ਼ੂਰ ਸਾਹਿਬ ਦੀ ਘਟਨਾ ਹੁਣ ਦੀਆਂ ਘਟਨਾ ਹੀ ਹੈ, ਤੁਸੀਂ ਦੇਖੋ ਕਿੱਦਾਂ ਬੀਜੇਪੀ ਨੇ ਹਜ਼ੂਰ ਸਾਹਿਬ ਦੇ ਤਖ਼ਤ ਸਾਹਿਬ 'ਤੇ ਕਬਜ਼ਾ ਕਰ ਲਿਆ, ਅਤੇ ਇਹ ਕਾਲਕਾ ਕਿਤੇ ਨਹੀਂ ਕੁੱਸ ਗਿਆ, ਕੋਈ ਨਹੀਂ ਬੋਲਿਆ, ਇਹਨੂੰ ਕੋਈ ਇਤਰਾਜ਼ ਨਹੀਂ ਇਹਨਾਂ ਗੱਲਾਂ ਤੋਂ, ਇਹ ਤਾਂ ਕਬਜ਼ੇ ਕਰਾ ਰਹੇ ਨੇ ਬੰਦੇ। ਇਹੀ ਕੰਮ ਪਹਿਲੇ ਕਿਸੇ ਟਾਈਮ ਸਰ ਨੇ ਹੋਣਾ ਕਰਾਉਂਦੇ ਸੀਗੇ। ਮਤਲਬ ਇਹ ਸਾਰੇ ਇੱਕੋ ਜਿਹੇ ਬੰਦੇ ਨੇ। ਆਪਾਂ ਤਾਂ ਇਹ ਮੰਨਦੇ ਹਾਂ ਕਿ ਸਾਨੂੰ ਬਦਲ ਜਿਹੜਾ ਚਾਹੀਦਾ ਨਾ, ਪ੍ਰੋਪਰ ਬਦਲ ਚਾਹੀਦਾ, ਸਾਨੂੰ ਪੁਰਾਣਿਆਂ 'ਚ ਕੋਈ ਬਦਲ ਨਹੀਂ ਚਾਹੀਦਾ। ਇਹਨਾਂ ਤੋਂ ਹੱਲ ਜਦੋਂ ਹੋਊਗਾ ਉਸ ਤੋਂ ਬਾਅਦ ਹੀ ਕੋਈ ਕੌਮ ਦੀ ਜਾਂ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਅਦਰਵਾਈਜ਼ ਇਹਨਾਂ ਨੇ ਤਾਂ ਇੱਕ ਨੇ ਮਤਲਬ ਕਹਿ ਲਓ ਸ਼ੇਅਰਿੰਗ ਕੀਤੀ ਹੋਈ ਆ ਕਿ ਅੱਧੇ ਟਾਈਮ ਮੈਂ ਲੁੱਟੂੰਗਾ ਫਿਰ ਅੱਧੇ ਟਾਈਮ ਤੂੰ ਲੁੱਟ ਲਈ। ਸੋ ਇੱਦਾਂ ਦਾ ਇਹਨਾਂ ਦਾ ਹਿਸਾਬ ਕਿਤਾਬ ਹੈਗਾ। ਆਪਾਂ ਤਾਂ ਬਿਲਕੁਲ ਕਲੀਅਰ ਚੱਲਦੇ ਹਾਂ ਕਿ ਇਹ ਜਿਹੜੀ ਜਥੇਬੰਦੀਆਂ ਹੈਗੀਆਂ ਜਾਂ ਇਹ ਜਿਹੜਾ ਸਾਰਾ ਪ੍ਰਬੰਧ ਚੱਲ ਰਿਹਾ ਇਹ ਸਾਰਾ ਕੁਛ ਸਰਕਾਰਾਂ ਦੇ ਅਧੀਨ ਚੱਲ ਰਿਹਾ, ਭਾਰਤੀ ਸਰਕਾਰਾਂ ਦੇ ਅਧੀਨ ਚੱਲ ਰਿਹਾ, ਅਤੇ ਉਹ ਆਪਣੇ ਮੁਤਾਬਕ ਇਹਨਾਂ ਨੂੰ ਏਜੰਡੇ ਦਿੰਦੀਆਂ ਨੇ ਅਤੇ ਉਹਨਾਂ ਦੇ ਇਹ ਕੰਮ ਕਰਦੇ ਆ। ਅੱਛਾ, ਇਹਦੇ ਪੈਰਲਲ ਆਪਾਂ ਇੱਕ ਹੋਰ ਚੀਜ਼ ਡਿਸਕਸ ਕਰ ਲਈਏ। ਚਲੋ ਹਰਮੀਤ ਸਿੰਘ ਕਾਲਕਾ ਮੌਜੂਦਾ ਪ੍ਰਧਾਨ ਆ, ਆਪਾਂ ਉਹਨਾਂ ਬਾਰੇ ਗੱਲ ਕੀਤੀ। ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਨੇ, ਉਹ ਪ੍ਰਧਾਨ ਰਹਿ ਚੁੱਕੇ ਦਿੱਲੀ ਕਮੇਟੀ ਦੇ, ਉਹਨਾਂ ਦਾ ਕਾਰਜਕਾਲ ਕਿਵੇਂ ਸੀ? ਕੀ ਉਹਨਾਂ ਦੇ ਉੱਤੇ ਵੀ ਇੱਦਾਂ ਦੇ ਐਲੀਗੇਸ਼ਨ ਲੱਗੇ RSS ਦੇ ਨਾਲ ਸ਼ਮੂਲੀਅਤ ਦੇ ਜਾਂ ਗੱਲਬਾਤ ਦੇ ਕੁਛ ਇੱਦਾਂ? ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੇ ਉੱਤੇ, ਕਿਉਂਕਿ ਮੈਂ ਆਲਰੇਡੀ ਜੰਪਲ ਦਿੱਲੀ ਦੀ ਹੈਗਾ। ਦਿੱਲੀ ਦੇ ਨਾ ਜਿਹੜੇ ਗੁਰਦੁਆਰਾ ਸਾਹਿਬ, ਅਸੀਂ ਜਿੱਦਾਂ ਰਕਾਬਗੰਜ ਗੁਰਦੁਆਰਾ ਸਾਹਿਬ ਹੈ, ਬੰਗਲਾ ਸਾਹਿਬ ਗੁਰਦੁਆਰਾ ਸਾਹਿਬ, ਇਹ ਮੇਨ ਜਿੱਦਾਂ ਹੁੰਦੇ ਸੀ ਉੱਥੇ ਹੀ, ਕਿਉਂਕਿ ਦਫ਼ਤਰ ਵੀ ਰਕਾਬਗੰਜ ਗੁਰਦੁਆਰਾ ਸਾਹਿਬ 'ਚ ਹੀ ਬਣਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਅਤੇ ਬਹੁਤ ਸਾਰੀਆਂ ਇੱਦਾਂ ਦੀਆਂ ਸ਼ਿਕਾਇਤਾਂ ਜਾਂ ਸਮੱਸਿਆਵਾਂ ਆਉਂਦੀਆਂ ਸੀ ਜਦੋਂ ਅਸੀਂ ਇਹਨਾਂ ਕੋਲ ਜਾਂਦੇ ਸੀਗੇ ਚੀਜ਼ਾਂ ਨੂੰ ਲੈ ਕੇ, ਅਤੇ ਇਹ ਸਾਡੇ ਨਾਲ ਇਸ ਤਰੀਕੇ ਨਾਲ ਵਿਤਕਰਾ ਕਰਦੇ ਸੀਗੇ ਜਿੱਦਾਂ ਕਿਸੇ ਗੈਰ ਧਰਮ ਦੇ ਲਈ ਅਸੀਂ ਕੋਈ ਆਸ ਲੈ ਕੇ ਆਏ ਹੋਏ ਹਾਂ, ਅਤੇ ਇਹਨਾਂ ਨੂੰ ਅਸੀਂ ਇੱਕ ਅੱਖ ਨਹੀਂ ਪਾਉਂਦੇ ਅਤੇ ਅਸੀਂ ਇਹਨਾਂ ਦੇ ਲਈ ਇੱਕ ਸਮੱਸਿਆ ਖੜੀ ਕਰ ਦਿਆਂਗੇ, ਅਤੇ ਇਹ ਹਰ ਚੀਜ਼ ਨੂੰ ਦਬਾਉਣ ਦੇ ਲਈ ਲੱਗੇ ਹੁੰਦੇ ਸੀਗੇ। ਇੱਕ ਵਾਰੀ ਦੀ ਗੱਲ ਹੈਗੀ, ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਿਹੜੀ ਮੇਨ ਐਂਟਰੀ ਹੁੰਦੀ ਸੀ ਨਾ, ਉਹ ਜਿਸ ਪਾਸੇ ਪਾਰਕਿੰਗ ਹੈ ਨਾ ਉਸ ਪਾਸੇ ਐਂਟਰੀ ਹੁੰਦੀ ਸੀਗੀ। ਅਤੇ ਹੋਇਆ ਕਿ ਇਹਨਾਂ ਦੀ, ਕਿਉਂਕਿ ਸੋਨੀਆ ਗਾਂਧੀ ਨਾਲ ਬੜੀ ਸੁਰ ਰਲਦੀ ਸੀਗੀ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਮੇਨ ਐਂਟਰੀ ਵਾਲਾ ਹਿੱਸਾ ਹੈ ਨਾ, ਉਹਨੂੰ ਇਹਨਾਂ ਨੇ ਸੜਕ ਵਾਲੇ ਪਾਸੇ ਕਰ ਦਿੱਤਾ, ਜਿਹੜੀ ਬੈਕ ਸਾਈਡ ਤੋਂ ਅਸ਼ੋਕਾ ਰੋਡ ਜਾਂਦੀ ਹੈ ਨਾ, ਉਸ ਪਾਸੇ ਉਹਦੀ ਐਂਟਰੀ ਬਣਾਉਣੀ ਸ਼ੁਰੂ ਕਰ ਦਿੱਤੀ। ਅਤੇ ਜਦੋਂ ਉਸ ਚੀਜ਼ ਦੀ ਜਾਂਚ ਜਾਂ ਪਤਾ ਕਰਾਇਆ ਗਿਆ ਤਾਂ ਇਹ ਪਤਾ ਲੱਗਾ ਕਿ ਇਹਨਾਂ ਨੇ ਜਿਹੜੀ ਪਾਰਕਿੰਗ ਵਾਲੀ ਜਗ੍ਹਾ ਹੈਗੀ ਆ ਉਹ ਸਰਕਾਰ ਨੂੰ ਲਿਖ ਕੇ ਦੇ ਦਿੱਤੀ ਹੋਈ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਇੰਨੇ ਸਾਲ ਦੇ ਲਈ ਤੁਸੀਂ ਸਾਨੂੰ ਦੇ ਦਿਓ, ਇਹਨਾਂ ਨੂੰ ਸੀਗਾ ਕਿ ਇੰਨੇ ਸਾਲ ਰਹਾਂਗੇ, ਅਤੇ ਉਸ ਤੋਂ ਬਾਅਦ ਤੁਸੀਂ ਇਹਦੇ 'ਤੇ ਆਪਣਾ ਜੋ ਵੀ ਪ੍ਰੋਜੈਕਟ ਕਰਨਾ ਉਹ ਤੁਸੀਂ ਕਰ ਸਕਦੇ ਹਾਂ। ਜਦਕਿ ਇਹਨਾਂ ਚੀਜ਼ਾਂ ਨੂੰ ਲੈਣ ਦੇ ਲਈ ਸਿਰ ਦੇਣੇ ਪੈਂਦੇ ਆ, ਅਤੇ ਇਹਨਾਂ ਨੇ ਆਪ ਹੀ ਹੱਥ ਕੱਟ ਕੱਟ ਕੇ ਲਿਖ ਕੇ ਦੇ ਦਿੱਤਾ ਕੈਪਟਨ ਵਾਂਗ ਕਿ ਪਾਣੀਆਂ ਦੇ ਮਾਲਕ ਵੀ ਤੁਸੀਂ ਹੋ, ਗੁਰਦੁਆਰਿਆਂ ਦੇ ਮਾਲਕ ਵੀ ਤੁਸੀਂ ਹੋ, ਇੱਦਾਂ ਦੇ ਤਾਂ ਬੰਦੇ ਰਹੇ ਨੇ ਹੈ, ਅਤੇ ਐਲੀਗੇਸ਼ਨ ਕੋਈ ਛੋਟੇ ਨਹੀਂ ਹੈਗੇ, ਬੜੇ ਵੱਡੇ ਵੱਡੇ ਗੁਨਾਹ ਪਾਪ ਕੀਤੇ ਨੇ ਇਹਨਾਂ ਬੰਦਿਆਂ ਨੇ।
ਇਹ ਸਾਰੇ ਇੱਕੋ ਥਾਲੀ ਦੇ ਚੱਟੇ ਪੱਟੇ ਨੇ, ਇਹ ਕੌਮ ਨੂੰ ਗਿਰਵੀ ਰੱਖ ਕੇ ਸਿਰਫ ਆਪਣੇ ਘਰ ਭਰ ਰਹੇ ਆ। ਉਹ ਗੱਲ ਨਹੀਂ ਬਣ ਜਾਂਦੀ ਕਿ ਜੇ ਅੱਜ ਪਰਮਜੀਤ ਸਰਨਾ ਹਰਮੀਤ ਸਿੰਘ ਕਾਲਕਾ 'ਤੇ ਇਲਜ਼ਾਮ ਲਾਉਂਦੇ ਨੇ ਤਾਂ ਉਹਨਾਂ ਨੂੰ ਵੀ ਸ਼ਾਇਦ ਆਪਣਾ ਆਈਨਾ ਦੇਖ ਲੈਣਾ ਚਾਹੀਦਾ, ਕਹਿੰਦੇ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ। ਬਿਲਕੁਲ, ਇਹਨਾਂ ਦੇ ਇਲਜ਼ਾਮ ਇੱਕ ਦੂਜੇ 'ਤੇ ਜਿਹੜੇ ਲਾਉਂਦੇ ਨੇ ਨਾ, ਬਸ ਉਹਨੂੰ ਤਰੀਕਾ ਠੀਕ ਕਰ ਲੈਣ, ਦੋਸ਼ੀ ਦੋਨੋਂ ਹੀ ਨੇ। ਜਿਹੜਾ ਮੈਨੂੰ ਜਿਹੜਾ ਲੱਗਾ ਕਿ ਉਹਨੂੰ ਆਰ ਐੱਸ ਐੱਸ ਦਾ ਕਿਹਾ ਅਤੇ ਉਹਨੇ ਉਹਨੂੰ ਬਦਲੇ 'ਚ ਆਈ ਐੱਸ ਆਈ ਦਾ ਏਜੰਟ ਕਹਿ ਦਿੱਤਾ, ਉਹ ਚੀਜ਼ 'ਤੇ ਤਾਂ ਮੈਂ ਤੁਹਾਨੂੰ ਕਲੀਅਰ ਕਰ ਹੀ ਦਿੱਤਾ ਕਿ ਉਹ ਵੀ ਸੋਚਦੇ ਹੋਣੇ ਆ ਕਿ ਪਤਾ ਨਹੀਂ ਸਾਡੇ ਫ੍ਰੀ ਦੇ ਵਰਕਰ ਹੈਗੇ ਆ, ਸਾਨੂੰ ਤਾਂ ਪਤਾ ਵੀ ਨਹੀਂ ਇਹਨਾਂ ਬਾਰੇ ਡਿਟੇਲ ਮਿਲ ਜਾਏ। ਅਤੇ ਇੰਨੇ ਯੋਗੇ ਮੈਨੂੰ ਲੱਗਦਾ ਕਿ ਦੇਖੋ ਆਉਣ ਵਾਲੇ ਸਮੇਂ 'ਚ ਸਮਾਂ ਦੱਸੂਗਾ ਕਿ ਕੌਣ ਕਿੰਨੇ ਪੰਥਕ ਨੇ ਅਤੇ ਕਿੰਨੇ ਕੁ ਉਹਨਾਂ ਨੇ ਪੰਥ ਹਿਤੈਸ਼ੀ ਕੰਮ ਕੀਤੇ ਨੇ। ਇਹ ਸਿਰਫ ਕਿਸੇ ਨਾ ਕਿਸੇ ਕਾਰਨ ਕਰਕੇ ਉੱਥੇ ਫਿੱਟ ਹੋਏ ਨੇ। ਜਿੱਦਣ ਮੌਕਾ ਆਇਆ ਉੱਦਣ ਦੱਸਾਂਗੇ ਕਿ ਇਹ ਕਿੰਨੇ ਕੁ ਪੰਥਕ ਨੇ ਅਤੇ ਅਸੀਂ ਕਿੰਨੇ ਕੁ ਪੰਥ ਵਿਰੋਧੀ ਹਾਂ। ਠੀਕ ਹੈ, ਬਿਲਕੁਲ। ਇਹ ਉਹ ਮਸਲੇ ਜਿਨ੍ਹਾਂ ਨੂੰ ਲੈ ਕੇ ਐਡਾ ਵੱਡਾ ਵਿਵਾਦ ਖੜ੍ਹਾ ਹੋ ਗਿਆ, ਇੱਕ ਮੌਜੂਦਾ ਔਰ ਇੱਕ ਸਾਬਕਾ ਪ੍ਰਧਾਨ ਆਪਸ ਦੇ ਵਿੱਚ ਖਹਿ ਗਏ, ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਾਂਗੇ। ਬਣੇ ਰੋਵਾਨ ਇੰਡੀਆ ਪੰਜਾਬੀ 'ਤੇ।